ਤੇ ਮੇਰਾ ਪਿੰਡ ਗੱਦੋਵਾਲ ਜ਼ਿਲ੍ਹਾ ਲੁਧਿਆਣਾ ਹੈ ਤੇ ਮੈਂ ਜਿਹੜੀ ਸਾਰੀ ਤੁਸੀਂ ਦੇਖ ਰਹੇ ਹੋ ਔਰਗੈਨਿਕ ਖੇਤੀ ਕਰ ਰਹੇ ਹਾਂ ਕੋਈ ਲਗਭਗ 6 acres ਦੇ ਕਰੀਬ ਆ ਜਿਹਦੇ 'ਚ ਇਹ ਤੁਸੀਂ ਦੇਖ ਰਹੇ ਹੋ ਵਿੱਚ ਕਾਫੀ ਕੁਛ ਲੱਗਿਆ ਹੋਇਆ ਸਾਰੇ ਸਬਜ਼ੀਆਂ ਸਾਰੀਆਂ ਤੁਸੀਂ ਕਰ ਰਹੇ ਹੋ ਸਾਰੀਆਂ ਲਾਈਆਂ ਨੇ ਵਿੱਚ ਘੀਆ ਲੱਗਿਆ ਮੂਲੀ ਸ਼ਲਗਮ ਤੇ ਹੋਰ ਸਾਰੀਆਂ ਗੋਭੀ ਲੱਗੀ ਆ ਤੇ ਉਹਦੇ ਨਾਲ ਨਾਲ ਮੈਂ ਇੱਕ ਰੂੜੀ ਜਿਹੜੀ ਆਪਾਂ ਆਮ ਵੇਸਟ ਸੁੱਟ ਦਿੰਦੇ ਆਪਾਂ ਰੂੜੀ ਨੂੰ ਬੜੇ ਤਰੀਕੇ ਨਾਲ ਇੱਕ ਟੋਆ ਪੁੱਟ ਕੇ ਉਹਦੇ 'ਚ ਪੋਲੀਥੀਨ ਦੀ ਸ਼ੀਟ ਵਿਛਾ ਕੇ ਤੇ ਉਹਦੇ ਉੱਪਰ ਵੇਸਟ ਡੀਕੰਪੋਜ਼ਰ ਉਹ ਸਾਹਮਣੇ ਦੇਖ ਰਹੇ ਹੋ ਟੋਆ ਬਣਿਆ ਹੈ ਵੇਸਟ ਡੀਕੰਪੋਜ਼ਰ ਸਾਰਾ ਵੇਸਟ ਡੀਕੰਪੋਜ਼ਰ ਹਾਂ ਉਹਦੇ ਵਿੱਚੋਂ ਪੰਪ ਰਹੀਂ ਇਹਦੇ ਉੱਪਰ ਅਸੀਂ ਸੁੱਟ ਦਿੰਦੇ ਹਾਂ ਸਪਰੇਅ ਕਰ ਦਿੰਦੇ ਹਾਂ ਅਤੇ ਨਾਲ ਦੀ ਨਾਲ ਇਹਦਾ ਵਿੱਚੋਂ ਅਰਕ ਦੇ ਰੂਪ ਦੇ ਵਿੱਚ ਸਾਨੂੰ ਇੱਥੇ ਮਿਲ ਜਾਂਦਾ ਅਤੇ ਜਿਹੜਾ ਕਿ ਅਸੀਂ ਫਸਲਾਂ ਦੇ ਉੱਪਰ ਸਪਰੇਅ ਵੀ ਕਰਦੇ ਹਾਂ ਅਤੇ ਡ੍ਰਿਪ ਨਾਲ ਵੀ ਅਸੀਂ ਉਹਨੂੰ ਯੂਜ਼ ਕਰਦੇ ਹਾਂ ਅਤੇ ਨਾਲ ਦੀ ਨਾਲ ਜਿਹੜੇ ਪੱਤੇ ਨੇ ਸਾਡੇ ਸ਼ਲਗਮ ਇੱਥੇ ਲੱਗਿਆ ਹੋਇਆ ਮੂਲੀ ਲੱਗੀ ਆ ਉਹਦੀ ਵੇਸਟ ਜਿੰਨੀ ਵੀ ਹੁੰਦੀ ਆ ਅਸੀਂ ਨਾਲ ਦੀ ਨਾਲ ਇਹ ਸੁੱਟਦੇ ਰਹਿੰਦੇ ਹਾਂ ਅਤੇ ਸੁੱਟਣ ਤੋਂ ਬਾਅਦ ਇਹ ਸਾਰਾ ਇਹਦਾ ਜਿਹੜਾ ਇੰਜਾਈਮ ਬਣ ਕੇ ਇਹਦੇ ਵਿੱਚ ਆ ਜਾਂਦਾ ਦੇਖੋ ਆਹ ਲਗਾਤਾਰ ਆ ਰਿਹਾ ਅਸੀਂ ਅੰਦਰ ਵੀ ਸਟੋਰ ਕੀਤਾ ਹੋਇਆ ਠੀਕ ਹੈ ਅਤੇ ਇਹ ਇਹਦੇ 'ਚ ਲਗਾਤਾਰ ਆਉਂਦਾ ਰਹਿੰਦਾ ਅਤੇ ਇਹਨੂੰ ਵੀ ਅਸੀਂ ਇਸ ਤਰ੍ਹਾਂ ਹੀ ਸਪਰੇਅ ਕਰਕੇ ਯੂਜ਼ ਕਰਦੇ ਰਹਿੰਦੇ ਹਾਂ ਮਿਹਨਤ ਘੱਟ ਗਈ ਨਾ ਉਹ ਅਲੱਗ ਤਰੀਕੇ ਨਾਲ ਬਣਾਉਣ ਦਾ 40 days ਰੱਖਣਾ ਪਿਆ ਕੁਛ ਨੀ ਕਰਨਾ ਨਾਲ ਦੀ ਨਾਲ ਨਿਕਲੀ ਜਾਂਦਾ ਰੋਜ਼ ਪਾਈ ਜਾਂਦੇ ਇਹਦੇ ਵਿੱਚ ਉੱਥੋਂ ਲਿਆਈਦਾ ਚੱਕ ਕੇ ਬਸ ਪਾਉਂਦੇ ਸੁੱਟ ਦਿੰਦੇ ਆ ਰੋਜ਼ ਇਹਦੇ 'ਚ ਪਾਈਦਾ ਕੁਛ ਨੀ ਕੀਤਾ ਇਹਦੇ 'ਤੇ ਕੋਈ ਸਪਰੇਅ ਨੀ ਕੀਤੀ ਰੋਜ਼ ਨਿਕਲ ਰਿਹਾ 20 liters ਨਿਕਲ ਜਾਂਦਾ ਇਹ 20 liters ਡੇਲੀ 20 liters ਡੇਲੀ ਨਿਕਲਦਾ ਅੱਛਾ ਹਾਂਜੀ ਹਾਂਜੀ ਤੋਂ ਡੂੰਘਾ ਨਾ ਥੋੜ੍ਹਾ ਜਿਹਾ ਅੱਛਾ ਜਿੰਨੀ ਉਹ ਪਾਈਪ ਆ ਉਹਨਾਂ ਦਾ ਹੋਣਾ ਹੀ ਆ ਇਹ ਹਾਂ ਉਨੀ ਡਾਊਨ ਤੇ ਆਇਆ 20 liters ਡੇਲੀ ਇਹਨੇ ਕੱਢ ਦੇਣਾ ਰਾਤ ਸਵੇਰੇ ਪੂਰਾ ਭਰ ਗਿਆ ਸੀ ਇਹ ਉਹ ਅੰਦਰ ਰੱਖਤਾ ਸੀ ਸਟੋਰ ਕਰਦਾ ਹੁਣ ਫੇਰੇ ਰੱਖਿਆ ਸਵੇਰੇ ਫੇਰੇ ਇਹਨੇ ਭਰ ਜਾਣਾ ਪੂਰਾ ਇਹ ਸਾਰਾ ਮਤਲਬ ਵਿੱਚ ਆ ਗਿੱਲਾ ਮਟੀਰੀਅਲ ਪੱਤੇ ਵਾਲੇ ਹੋਈ ਮੂਰੀ ਹੋਈ ਸ਼ਲਗਮ ਵਿੱਚ ਕੋਈ ਖਰਾਬ ਹੋ ਗਿਆ ਹੋ ਗਈ ਮੇਨ ਪੱਤਾ ਹੀ ਆ ਵੈਸੇ ਜ਼ਿਆਦਾ ਕੋਈ ਵੀ ਘਾਹ ਫੂਸ ਹੁੰਦਾ ਜਾਂ ਉਹ ਵੀ ਸੁੱਟ ਦਿੰਦੇ ਆ ਚੱਲਿਆ ਕੇ ਇੱਥੇ ਵੀ ਉਹ ਡੀਕੰਪੋਜ਼ਰ ਪਾਉਂਦੇ ਨਹੀਂ ਇਹ ਤੇ ਨਹੀਂ ਪਾਉਂਦੇ ਅੱਛਾ ਇਹ ਇਦਾਂ ਹੀ ਆ ਸਿਰਫ ਨਹੀਂ ਪਾਇਆ ਇਹਦੇ 'ਚ ਹੋਰ ਇਹ ਆਪਣੇ ਆਪ ਹੀ ਨਿਕਲੀ ਜਾ ਰਿਹਾ ਵਿੱਚੋਂ ਗਲ ਕੇ ਨਿਕਲਦਾ ਥੱਲੇ ਠੀਕ ਹੈ